ਕੰਗਣਾ ਰਣੌਤ ਦੇ ਥੱਪੜ ਮਾਰਨ ਤੋਂ ਬਾਅਦ ਲਗਾਤਾਰ ਪੰਜਾਬ ਦੱਸਦੀ ਕਿ ਪੰਜਾਬੀ ਜਿਹੜੇ ਨੇ ਕਿ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆ ਚੁੱਕੇ ਨੇ ਅਤੇ ਉੱਥੇ ਹੀ ਕੰਗਣਾ ਰਣੌਤ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਅਤੇ ਦੱਸਦੀ ਹੈ ਕਿ ਹੁਣ ਸੁਖਬੀਰ ਬਾਦਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਅਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਨੇ ਜੇਕਰ ਕੰਗਣਾ ਰਣੌਤ ਦੇ ਥੱਪੜ ਮਾਰਿਆ ਹੈ ਤਾਂ ਉਸਦੇ ਪਿੱਛੇ ਕੋਈ ਵਜ੍ਹਾ ਹੋਊਗੀ ਅਤੇ ਉਹਨਾਂ ਨੇ ਬਹੁਤ ਭਾਵੁਕ ਹੋ ਕੇ ਜਿਹੜਾ ਕਿ ਕੰਗਣਾ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਅਤੇ ਉਸਦੇ ਵਿੱਚ ਉਸਦੀ ਮਾਂ ਸੀ ਅਤੇ ਮਾਂ ਭੈਣਾਂ ਦੀਆਂ ਗੱਲਾਂ ਜਿਹੜੀਆਂ ਕਿ ਗਾਲਾਂ ਕੋਈ ਵੀ ਨਹੀਂ ਸੁਣ ਸਕਦਾ ਅਤੇ ਜਿਸ ਤੋਂ ਬਾਅਦ ਸੁਖਬੀਰ ਬਾਦਲ ਜਿਹੜੇ ਕਿ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸੁਖਬੀਰ ਬਾਦਲ ਦਾ ਹੋਰ ਕੀ ਕਹਿਣਾ। ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੇ CSF ਦੇ ਜਿਹੜੀ ਕਾਂਸਟੇਬਲ ਸੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ। ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ, ਉਹਨਾਂ ਦੀ ਮਾਤਾ ਉਸ ਧਰਮੇ ਸੀ ਅਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100-100 ਰੁਪਏ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ। ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਅਤੇ ਕੰਗਣਾ ਰਣੌਤ ਨੂੰ ਇਹੋ ਜਿਹੇ ਸ਼ਬਦ ਇਹੋ ਜਿਹੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਨੂੰ ਹਰਟ ਕਰਨ। ਅੱਜ ਮੈਂ ਲੁਧਿਆਣਾ ਹਲਕੇ ਤੋਂ ਜਿਹੜੇ ਸਾਡੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਸਾਹਿਬ ਦੇ ਘਰ ਸਾਡੇ ਵਰਕਰ ਇਕੱਠੇ ਹੋਏ, ਮੈਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਇਹਨਾਂ ਨੂੰ ਟੈਲੀਫੋਨ ਕੀਤਾ ਸੀ ਮੈਂ ਚਾਹ ਪੀਣੀ ਹੈ ਅਤੇ ਸਾਰੇ ਵਰਕਰ ਬਣਾ ਲਓ, ਕਿਉਂਕਿ ਐਕਚੁਲੀ ਵਰਕਰਾਂ ਨੇ ਬਹੁਤ ਮਿਹਨਤ ਕੀਤੀ, ਦਿਲੋਂ ਮਿਹਨਤ ਕੀਤੀ। ਰਿਜ਼ਲਟ ਕੋਈ ਮਰਜ਼ੀ ਆਏ ਹੋਏ ਪਰ ਮੈਂ ਦਿਲੋਂ ਧੰਨਵਾਦ ਕਰਦਾ ਅਕਾਲੀ ਦਲ ਦੇ ਵਰਕਰਾਂ ਦਾ, ਦਿਨ ਰਾਤ ਮਿਹਨਤ ਕੀਤੀ, ਨਾ ਗਰਮੀ ਦੇਖੀ ਨਾ ਕੁਛ ਹੋਰ ਦੇਖਿਆ ਪਰ ਲੱਗੇ ਰਹੇ। ਸੋ ਮੈਂ ਉਹਨਾਂ ਨੂੰ ਆਹੀ ਕਿਹਾ ਕਿ ਆਹ ਜੰਗ ਖਤਮ ਹੋ ਗਈ ਹੈ ਅਤੇ ਦੂਜੀ ਦੀ ਤਿਆਰੀ ਕਰ ਲਓ। ਹੁਣ ਇੱਕ ਤਾਂ MC ਇਲੈਕਸ਼ਨ ਆਉਣਗੇ, ਕਾਰਪੋਰੇਸ਼ਨ ਇਲੈਕਸ਼ਨ ਆਉਣਗੇ, ਉਹਦੇ ਬਾਅਦ 27 ਜਿਹੜੀ ਹੈਗੀ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ ਅਤੇ ਕਿਸੇ ਹਾਲ 'ਚ ਬਣਾਉਣੀ ਹੈ। ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੇ CSF ਦੇ ਜਿਹੜੀ ਕਾਂਸਟੇਬਲ ਸੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ। ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ, ਉਹਨਾਂ ਦੀ ਮਾਤਾ ਉਸ ਧਰਮੇ ਸੀ ਅਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100-100 ਰੁਪਏ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ। ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਅਤੇ ਕੰਗਣਾ ਰਣੌਤ ਨੂੰ ਇਹੋ ਜਿਹੇ ਸ਼ਬਦ ਇਹੋ ਜਿਹੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਨੂੰ ਹਰਟ ਕਰਨ। ਅੱਜ ਮੈਂ ਲੁਧਿਆਣਾ ਹਲਕੇ ਤੋਂ ਜਿਹੜੇ ਸਾਡੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਸਾਹਿਬ ਦੇ ਘਰ ਸਾਡੇ ਵਰਕਰ ਇਕੱਠੇ ਹੋਏ, ਮੈਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਇਹਨਾਂ ਨੂੰ ਟੈਲੀਫੋਨ ਕੀਤਾ ਸੀ ਮੈਂ ਚਾਹ ਪੀਣੀ ਹੈ ਅਤੇ ਸਾਰੇ ਵਰਕਰ ਬਣਾ ਲਓ, ਕਿਉਂਕਿ ਐਕਚੁਲੀ ਵਰਕਰਾਂ ਨੇ ਬਹੁਤ ਮਿਹਨਤ ਕੀਤੀ, ਦਿਲੋਂ ਮਿਹਨਤ ਕੀਤੀ। ਰਿਜ਼ਲਟ ਕੋਈ ਮਰਜ਼ੀ ਆਏ ਹੋਏ ਪਰ ਮੈਂ ਦਿਲੋਂ ਧੰਨਵਾਦ ਕਰਦਾ ਅਕਾਲੀ ਦਲ ਦੇ ਵਰਕਰਾਂ ਦਾ, ਦਿਨ ਰਾਤ ਮਿਹਨਤ ਕੀਤੀ, ਨਾ ਗਰਮੀ ਦੇਖੀ ਨਾ ਕੁਛ ਹੋਰ ਦੇਖਿਆ ਪਰ ਲੱਗੇ ਰਹੇ। ਸੋ ਮੈਂ ਉਹਨਾਂ ਨੂੰ ਆਹੀ ਕਿਹਾ ਕਿ ਆਹ ਜੰਗ ਖਤਮ ਹੋ ਗਈ ਹੈ ਅਤੇ ਦੂਜੀ ਦੀ ਤਿਆਰੀ ਕਰ ਲਓ। ਹੁਣ ਇੱਕ ਤਾਂ MC ਇਲੈਕਸ਼ਨ ਆਉਣਗੇ, ਕਾਰਪੋਰੇਸ਼ਨ ਇਲੈਕਸ਼ਨ ਆਉਣਗੇ, ਉਹਦੇ ਬਾਅਦ 27 ਜਿਹੜੀ ਹੈਗੀ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ ਅਤੇ ਕਿਸੇ ਹਾਲ 'ਚ ਬਣਾਉਣੀ ਹੈ। ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੇ CSF ਦੇ ਜਿਹੜੀ ਕਾਂਸਟੇਬਲ ਸੀ
ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ। ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ, ਉਹਨਾਂ ਦੀ ਮਾਤਾ ਉਸ ਧਰਨੇ ਸੀ, ਅਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100-100 ਰੁਪਏ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ? ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ, ਅਤੇ ਕੰਗਣਾ ਰਣੌਤ ਨੂੰ ਇਹੋ ਜਿਹੇ ਸ਼ਬਦ, ਇਹੋ ਜਿਹੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਨੂੰ ਹਰਟ ਕਰਨ। ਅੱਜ ਮੈਂ ਲੁਧਿਆਣਾ ਹਲਕੇ ਤੋਂ ਜਿਹੜੇ ਸਾਡੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਸਾਹਿਬ ਦੇ ਘਰ ਸਾਡੇ ਵਰਕਰ ਇਕੱਠੇ ਹੋਏ, ਮੈਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਇਹਨਾਂ ਨੂੰ ਟੈਲੀਫੋਨ ਕੀਤਾ ਸੀ, ਮੈਂ ਚਾਹ ਪੀਣੀ ਆ ਅਤੇ ਸਾਰੇ ਵਰਕਰ ਬਣਾ ਲਓ, ਕਿਉਂਕਿ ਐਕਚੁਲੀ ਵਰਕਰਾਂ ਨੇ ਬਹੁਤ ਮਿਹਨਤ ਕੀਤੀ, ਦਿਲੋਂ ਮਿਹਨਤ ਕੀਤੀ। ਰਿਜ਼ਲਟ ਕੋਈ ਮਰਜ਼ੀ ਆਇਆ ਹੋਏ, ਪਰ ਮੈਂ ਦਿਲੋਂ ਧੰਨਵਾਦ ਕਰਦਾ ਅਕਾਲੀ ਦਲ ਦੇ ਵਰਕਰਾਂ ਦਾ, ਦਿਨ ਰਾਤ ਮਿਹਨਤ ਕੀਤੀ, ਨਾ ਗਰਮੀ ਦੇਖੀ ਨਾ ਕੁਛ ਹੋਰ ਦੇਖਿਆ, ਪਰ ਲੱਗੇ ਰਹੇ। ਸੋ ਮੈਂ ਉਹਨਾਂ ਨੂੰ ਆਹੀ ਕਿਹਾ ਕਿ ਆਹ ਜੰਗ ਖਤਮ ਹੋ ਗਈ ਹੈ ਅਤੇ ਦੂਜੀ ਦੀ ਤਿਆਰੀ ਕਰ ਲਓ। ਹੁਣ ਇੱਕ ਤਾਂ MC ਇਲੈਕਸ਼ਨ ਆਉਣਗੇ, ਕਾਰਪੋਰੇਸ਼ਨ ਇਲੈਕਸ਼ਨ ਆਉਣਗੇ, ਉਹਦੇ ਬਾਅਦ 27 ਜਿਹੜੀ ਹੈਗੀ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ ਅਤੇ ਕਿਸੇ ਹਾਲ 'ਚ ਬਣਾਉਣੀ ਹੈ। ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੇ CSF ਦੇ ਜਿਹੜੀ ਕਾਂਸਟੇਬਲ ਸੀ, ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ। ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ, ਉਹਨਾਂ ਦੀ ਮਾਤਾ ਉਸ ਧਰਨੇ ਸੀ, ਅਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100-100 ਰੁਪਏ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ? ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ, ਅਤੇ ਕੰਗਣਾ ਰਣੌਤ ਨੂੰ ਇਹੋ ਜਿਹੇ ਸ਼ਬਦ, ਇਹੋ ਜਿਹੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਨੂੰ ਹਰਟ ਕਰਨ। ਅੱਜ ਮੈਂ ਲੁਧਿਆਣਾ ਹਲਕੇ ਤੋਂ ਜਿਹੜੇ ਸਾਡੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਸਾਹਿਬ ਦੇ ਘਰ ਸਾਡੇ ਵਰਕਰ ਇਕੱਠੇ ਹੋਏ, ਮੈਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਇਹਨਾਂ ਨੂੰ ਟੈਲੀਫੋਨ ਕੀਤਾ ਸੀ, ਮੈਂ ਚਾਹ ਪੀਣੀ ਆ ਅਤੇ ਸਾਰੇ ਵਰਕਰ ਬਣਾ ਲਓ, ਕਿਉਂਕਿ ਐਕਚੁਲੀ ਵਰਕਰਾਂ ਨੇ ਬਹੁਤ ਮਿਹਨਤ ਕੀਤੀ, ਦਿਲੋਂ ਮਿਹਨਤ ਕੀਤੀ। ਰਿਜ਼ਲਟ ਕੋਈ ਮਰਜ਼ੀ ਆਇਆ ਹੋਏ, ਪਰ ਮੈਂ ਦਿਲੋਂ ਧੰਨਵਾਦ ਕਰਦਾ ਅਕਾਲੀ ਦਲ ਦੇ ਵਰਕਰਾਂ ਦਾ, ਦਿਨ ਰਾਤ ਮਿਹਨਤ ਕੀਤੀ, ਨਾ ਗਰਮੀ ਦੇਖੀ ਨਾ ਕੁਛ ਹੋਰ ਦੇਖਿਆ, ਪਰ ਲੱਗੇ ਰਹੇ। ਸੋ ਮੈਂ ਉਹਨਾਂ ਨੂੰ ਆਹੀ ਕਿਹਾ ਕਿ ਆਹ ਜੰਗ ਖਤਮ ਹੋ ਗਈ ਹੈ ਅਤੇ ਦੂਜੀ ਦੀ ਤਿਆਰੀ ਕਰ ਲਓ। ਹੁਣ ਇੱਕ ਤਾਂ MC ਇਲੈਕਸ਼ਨ ਆਉਣਗੇ, ਕਾਰਪੋਰੇਸ਼ਨ ਇਲੈਕਸ਼ਨ ਆਉਣਗੇ, ਉਹਦੇ ਬਾਅਦ 27 ਜਿਹੜੀ ਹੈਗੀ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ ਅਤੇ ਕਿਸੇ ਹਾਲ 'ਚ ਬਣਾਉਣੀ ਹੈ। ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੇ CSF ਦੇ ਜਿਹੜੀ ਕਾਂਸਟੇਬਲ ਸੀ, ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ। ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ, ਉਹਨਾਂ ਦੀ ਮਾਤਾ ਉਸ ਧਰਨੇ ਸੀ, ਅਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100-100 ਰੁਪਏ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ? ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ, ਅਤੇ ਕੰਗਣਾ ਰਣੌਤ ਨੂੰ ਇਹੋ ਜਿਹੇ ਸ਼ਬਦ, ਇਹੋ ਜਿਹੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਨੂੰ ਹਰਟ ਕਰਨ। ਅੱਜ ਮੈਂ ਲੁਧਿਆਣਾ ਹਲਕੇ ਤੋਂ ਜਿਹੜੇ ਸਾਡੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਸਾਹਿਬ ਦੇ ਘਰ ਸਾਡੇ ਵਰਕਰ ਇਕੱਠੇ ਹੋਏ, ਮੈਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਇਹਨਾਂ ਨੂੰ ਟੈਲੀਫੋਨ ਕੀਤਾ ਸੀ, ਮੈਂ ਚਾਹ ਪੀਣੀ ਆ ਅਤੇ ਸਾਰੇ ਵਰਕਰ ਬਣਾ ਲਓ, ਕਿਉਂਕਿ ਐਕਚੁਲੀ ਵਰਕਰਾਂ ਨੇ ਬਹੁਤ ਮਿਹਨਤ ਕੀਤੀ, ਦਿਲੋਂ ਮਿਹਨਤ ਕੀਤੀ। ਰਿਜ਼ਲਟ ਕੋਈ ਮਰਜ਼ੀ ਆਇਆ ਹੋਏ, ਪਰ ਮੈਂ ਦਿਲੋਂ ਧੰਨਵਾਦ ਕਰਦਾ ਅਕਾਲੀ ਦਲ ਦੇ ਵਰਕਰਾਂ ਦਾ, ਦਿਨ ਰਾਤ ਮਿਹਨਤ ਕੀਤੀ, ਨਾ ਗਰਮੀ ਦੇਖੀ ਨਾ ਕੁਛ ਹੋਰ ਦੇਖਿਆ, ਪਰ ਲੱਗੇ ਰਹੇ।